ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਮਾਰ ਹੇਠ ਪੂਰੀ ਦੁਨੀਆ ਹੈ ਅਤੇ ਪੂਰੀ ਦੁਨੀਆ 'ਚ ਥਾਂ-ਥਾਂ ਵਸਿਆ ਸਿੱਖ ਪਾਈਚਾਰੇ ਦੀ ਸੇਵਾ ਪਾਵਨਾਂ ਦੇ ਚਰਚੇ ਹਨ ਥਾਂ-ਥਾਂ ਲੰਗਰ ਲੋੜਵੰਦਾਂ ਦੀ ਮਦਦ ਅਤੇ ਗੁਰਦੁਆਰਾ ਸਾਹਿਬ ਵਿਚ ਚੱਲ ਰਿਹਾ ਲੰਗਰ ਸਮੇਤ तमाम ਸਹੂਲਤਾਂ ਦਾ ਹਰ ਕੋਈ ਕਾਇਲ ਹੈ ਆਸਟ੍ਰੇਲੀਆ ਦਾ ਮੀਡੀਆ ਉੱਥੇ ਵਸਦੇ ਸਿੱਖ ਪਾਈਚਾਰੇ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਤੋਂ ਖਾਸਾ متاثر ਹੈ ਅਦੇਸਟ੍ਰੇਲੀਆ ਵਿੱਚ ਸਿੱਖ ਵਲੰਟੀਅਰ ਵੱਲੋਂ ਘਰ-ਘਰ ਪਹੁੰਚਾਏ ਜਾ ਰਹੇ ਲੰਗਰ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਬਾਰੇ ਇੱਕ ਰਿਪੋਰਟ ਇੰਗਲਿਸ਼ ਮੀਡੀਆ 'ਚ ਪ੍ਰਕਾਸ਼ਿਤ ਹੋਈ ਹੈ affected with the corona virus ਇਸ ਰਿਪੋਰਟ ਵਿੱਚ ਇਹ ਵਿਖਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ ਮੈਲਬੌਰਨ ਟੈਟਰੀਟਰੀਅਲ ਸਮੇਤ ਇਲਾਕੇ ਵਿੱਚ ਸਿੱਖ ਪਾਈਚਾਰਾ ਕਿਸ شدت ਨਾਲ ਲੋਕਾਂ ਦੀ ਸੇਵਾ 'ਚ ਲੱਗਾ ਹੈ ਆਸਟ੍ਰੇਲੀਆ ਵਿੱਚ ਇਹ ਵਾਇਰਸ ਫੈਲ ਪਸਾਰ ਰਿਹਾ ਹੈ ਲੋਕ ਘਰਾਂ ਵਿੱਚ ਬੰਦ ਹੋਣ ਨੂੰ ਮਜਬੂਰ ਹਨ ਤਾਂ ਆਸਟ੍ਰੇਲੀਆ ਦੇ ਸਿੱਖ ਵਲੰਟੀਅਰ ਵੱਲੋਂ ਲਗਾਤਾਰ ਲੰਗਰ ਲਗਾਏ ਜਾ ਰਹੇ ਹਨ ਲੋੜਵੰਦ ਬਜ਼ੁਰਗਾਂ ਨੂੰ ਘਰੋ ਘਰੀ ਪੋਸਟੇਡ ਖਾਣਾ ਪਹੁੰਚਾਇਆ ਜਾ ਰਿਹਾ ਹੈ ਇਵਨਿੰਗ ਵੀ ਆਰ ਡਿਲੀਵਰਿੰਗ ਮੋਰ ਦੈਨ 300 ਮੀਲਸ ਬੱਚੇ ਤੋਂ ਜਵਾਰ ਸਭ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਕਿ ਨਾ ਹਾਲਾਤਾਂ 'ਚ ਕੋਈ ਇਨਸਾਨ ਭੁੱਖਾ ਨਾ ਸੋਵੇ ਇਸ ਲਈ ਉਹ ਦਿਨ ਰਾਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਏ ਪਏ ਹਨ ਤੇ ਗਲੋਬ ਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ